ਸੋ ਹੈ ਗਾਇਸ ਕੀ ਹਾਲ ਚਾਲ ਸੋ ਤੁਹਾਡੇ ਸਾਰੇ ਕੈਂਟ ਹੋਵੋਗੇ ਪੱਖੇ ਚੱਲਦੇ ਬਾਈ ਜਸੋ ਆਜਵਾ ਦੇਸੀ ਕਰੂ ਮਨਦੀਪ ਮਾਵੀ ਵੀਡੀਓ ਕਿਹਨਾਂ ਨੇ ਬਣਾਈ ਹੈ ਵੀਡੀਓ ਸਟਾਈਲਨ ਵੀਰ ਹੋਰਾਂ ਦੀ ਹੈ ਕਿਆ ਬਾਤ ਹੈ ਇਹ ਥੋੜ੍ਹੀ ਘੱਟ ਕਰਦਾ ਸਟਾਈਲਨ ਵੀਰ ਹੁਣ ਵੀਡੀਓਜ਼ ਪਰ ਬੰਦੇ ਦੇ ਯਾਰ ਕੰਮ ਘੈਂਟ ਹੁੰਦਾ ਮੈਨੂੰ ਰੈਕਮੈਂਡੇਸ਼ਨ ਕਾਫੀ ਆਈ ਹੈ ਇਸ ਚੀਜ਼ ਦੀ ਕਿ ਯਾਰ ਇਹ ਗਾਣਾ ਕਰੋ ਬਹੁਤ ਘੈਂਟ ਪੰਜਾਬ ਨਾਲ ਜੁੜਿਆ ਹੋਇਆ ਗਾਣਾ ਆਏ ਘੋਟਣੇ ਜੂੜੇ ਫਤਿਹ ਕਿਤੇ ਵੀ ਰੱਖਿਆ ਥੋੜੇ ਜਿਹੇ ਜ਼ਿੰਮੇਵਾਰੀਆਂ ਦੇ ਘੇਰਿਆਂ ਸ਼ਹਿਰਾਂ ਤੋਂ ਅਧੂਰੇ ਅਫਸੋਸ ਨਾ ਕੋਈ ਖੁਸ਼ੀ ਦੀ ਆ ਗੱਲ ਰੱਬ ਨੇੜਿਆਂ ਕੁੜੇ ਕਿੰਨੀ ਵੱਡੀ ਗੱਲ ਕਰ ਗਿਆ ਜਸ ਬਾਜਵਾ ਮਨਦੀਪ ਮਾਵੀ ਬਾਈ ਨੇ ਕਿੰਨੀ ਸੋਹਣੀ ਗੱਲ ਲਿਖੀ ਹੈ ਕਿ ਸ਼ਹਿਰਾਂ ਕੋਲੋਂ ਦੂਰ ਆ ਅਫਸੋਸ ਨਹੀਂ ਕੋਈ ਚੰਗੀ ਗੱਲ ਹੈ ਕਿ ਰੱਬ ਨੇੜੇ ਆ ਕੁੜੇ ਕਿ ਅਸੀਂ ਕੁਦਰਤ ਵਿੱਚ ਰਹਿ ਰਹੇ ਹਾਂ ਪਿੰਡਾਂ 'ਚ ਹੈ ਨਾ ਉਹ ਵਾਈਬ ਜੋ ਨੇਚਰ 'ਚ ਰਹਿ ਰਹੇ ਹਾਂ ਸਹੀ ਗੱਲ ਆ ਯਾਰ ਇਹ ਸਿੰਪਲ ਪਰਿਵਾਰ ਇਹ ਸਿੰਪਲ ਚੀਜ਼ਾਂ ਇਹ ਕਿਤੇ ਨਾ ਕਿਤੇ ਮਿਸ ਕਰਦੇ ਹਾਂ ਹੁਣ ਜੀ ਕਰਦਾ ਗਏ ਜਾ ਬੜੀਏ ਪਿੰਡ ਯਾਰ ਇੱਦਾਂ ਦੇ ਗਾਣੇ ਬੜੇ ਵਧੀਆ ਲੱਗਦੇ ਮੈਨੂੰ ਜਿਹੜੇ ਨਾ ਪੰਜਾਬ ਦੇ ਨੇੜੇ ਨੇ ਪੰਜਾਬ ਦੀ ਗੱਲ ਹੋ ਜਾਵੇ ਇਹ ਗੱਲ ਜ਼ਰੂਰ ਬਾਈ ਸੱਚੀ ਗੱਲ ਆ ਕਿ ਪਿੰਡ ਦੀਆਂ ਜੰਮੀਆਂ ਭੈਣਾਂ ਹੁੰਦੀਆਂ ਸਾਰੀਆਂ ਇਹ ਅੱਜ ਕੱਲ੍ਹ ਥੋੜ੍ਹਾ ਜਿਹਾ ਸਿਸਟਮ ਖਰਾਬ ਹੋ ਰੱਖਿਆ ਪਿੰਡਾਂ 'ਚ ਵੀ ਕਈ ਥਾਵਾਂ 'ਤੇ ਪਰ ਇਹ ਚੀਜ਼ ਹੋਣੀ ਚਾਹੀਦੀ ਯਾਰ ਫਿਰ ਤੋਂ ਇੱਜ਼ਤ ਹੁੰਦੀ ਸੀ ਯਾਰ ਪਿੰਡ ਦੀ ਕੁੜੀ 'ਤੇ ਇੱਜ਼ਤ ਹੁੰਦੀ ਸੀ ਪਹਿਲੀ ਤੱਕਣੀ 'ਚ ਜਿਹੜੇ ਮੋਹ ਲੈਂਦੇ ਆ ਗੌਰ ਨਾਲ ਦੇਖੀ ਉਹੀ ਚਿਹਰਿਆਂ ਤੋਂ ਦੂਰੇ ਅਫਸੋਸ ਨਾ ਕੋਈ ਰੱਬ ਪੱਕੀ ਗੱਲ ਆ ਖੁਸ਼ੀ ਹੋਵੇ ਫੜ ਲੈਨੇ ਆ ਮੱਝਾਂ ਗਾਈਆਂ ਨਾਲ ਗੱਲਾਂ ਕਰ ਲੈਨੇ ਆ ਅਸੀਂ ਕਿਹੜਾ ਆਈਡੀਆਂ ਚੈੱਕ ਕਰਦੇ ਉੱਪਰਾ ਵੀ ਆਵੇ ਚਾਹ ਧਰ ਲੈਨੇ ਆ ਅਸੀਂ ਕਿਹੜਾ ਆਈਡੀ ਚੈੱਕ ਕਰਦੇ ਪਹਿਲਾਂ ਹੈ ਨਾ ਕਿ ਕੌਣ ਆ ਤੂੰ ਉੱਪਰਾ ਵੀ ਆਵੇ ਤੇ ਚਾਹ ਧਰ ਲੈਨੇ ਆ ਸਾਡੇ ਵਿੱਚੋਂ ਕੱਲਾ ਮਾਂ ਵੀ ਚੰਡੀਗੜ੍ਹ ਆ ਬਾਕੀ ਅਸੀਂ ਖੁਸ਼ ਮੌਜੂ ਖੇੜੇ ਆ ਸ਼ਹਿਰਾਂ ਤੋਂ ਦੂਰੇ ਅਫਸੋਸ ਨਾ ਕੋਈ ਖੁਸ਼ੀ ਦੀ ਆ ਗੱਲ ਰੱਬ ਨੇੜੇ ਆ ਕੁੜੇ ਸ਼ਹਿਰਾਂ ਤੋਂ ਦੂਰੇ ਮੌਜੂ ਖੇੜਾ ਆਏ ਹਾਏ 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 ਸਟਾਈਲ ਇਨ ਵੀਰ ਯਾਰ ਕਿਆ ਬਾਤ ਆ ਯਾਰ ਸਵਾਦ ਆ ਗਿਆ ਜੀ ਮਤਲਬ ਪੰਜਾਬ ਦੀ ਗੱਲ ਦੇਖ ਕੇ ਪੰਜਾਬ ਦੀ ਗੱਲ ਸੁਣ ਕੇ ਨਾ ਇੱਦਾਂ ਲੱਗਿਆ ਇੱਕ ਵਾਈਬ ਬਣ ਗਈ ਇੱਕ ਇੱਦਾਂ ਹੋ ਗਿਆ ਯਾਰ ਇਹ ਚੀਜ਼ਾਂ ਖੁਸ਼ ਨਹੀਂ ਯਾਰ ਇਹ ਪੋਜ਼ਿਟਿਵਿਟੀ ਇਹ ਚੀਜ਼ਾਂ ਸਾਨੂੰ ਸ਼ਹਿਰਾਂ 'ਚ ਨਹੀਂ ਮਿਲਣ ਵਾਲੇ ਦੁਆਲੇ ਪੱਥਰ ਹੀ ਪੱਥਰ ਨੇ ਲੋਕ ਇੱਕ ਦੂਜੇ ਨੂੰ ਬੁਲਾ ਨਹੀਂ ਰਹੇ ਉੱਥੇ ਹੁੰਦਾ ਗਿਆ ਲਿਆ ਇੱਧਰੋਂ ਖੰਡ ਲੈ ਆਉਂਦੀ ਇੱਧਰੋਂ ਆਹ ਦੁੱਧ ਭੇਜਤਾ ਇੱਧਰੋਂ ਆਹ ਚੀਜ਼ ਕਰਤੀ ਹੈ ਨਾ ਸਾਰਾ ਦਿਨ ਤੁਰੇ ਫਿਰਨਾ ਇਕੱਠਿਆਂ ਨੇ ਖੇਤਾਂ 'ਚ ਇਕੱਠੇ ਚੱਲ ਜਾਣਾ ਹੈ ਨਾ ਆਂਡੀਆਂ ਗੁਆਂਢੀਆਂ ਨੇ ਇਕੱਠੇ ਬੀਬੀਆਂ ਇਕੱਠੀਆਂ ਇੱਕੋ ਵਿਹੜੇ 'ਚ ਬੈਠੀਆਂ ਆਪਣਾ ਆਪਣਾ ਕੰਮ ਕਰੀ ਜਾਂਦੀਆਂ ਹੈਗੀਆਂ ਯਾਰ ਚੀਜ਼ ਵਧੀਆ ਸੀ ਨਿਆਣਿਆਂ ਨੇ ਇਕੱਠੇ ਖੇਡੀ ਜਾਣਾ ਬੜਾ ਸਿਸਟਮ ਹੁਣ ਚੇਂਜ ਹੋ ਗਿਆ ਯਾਰ ਸਾਨੂੰ ਨਾ ਇਹ ਸ਼ਹਿਰ ਰਾਸ ਨਹੀਂ ਹੋਣੇ ਇਹ ਸਾਨੂੰ ਵਾਪਸ ਜਾਣਾ ਪੈਣਾ ਪਿੰਡਾਂ 'ਚ ਫਿਰ ਹੀ ਬਚਾਂਗੇ ਨਹੀਂ ਤਾਂ ਔਖਾ ਹੋ ਜਾਣਾ ਬੜਾ ਸਤਿ ਸ਼੍ਰੀ ਅਕਾਲ